ਅਸਲਾਮੁਅਲੈਕੁਮ ਦੋਸਤੋ ਪਾਕ ਪੰਜਾਬ ਟੀਵੀ 'ਚ ਤਮਾਮ ਭਾਈਆਂ ਨੂੰ ਖੁਸ਼ ਆਮਦੀਦ ਤੇ ਮੈਂ ਆ ਤੁਹਾਡਾ ਦੋਸਤ ਅਬਦਲ ਵਾਹਿਦ ਕਾਫੀ ਅਰਸੇ ਤੋਂ ਬਾਅਦ ਅੱਜ ਮੈਂ ਦੋਸਤਾਂ ਵਾਸਤੇ ਭਾਈਆਂ ਵਾਸਤੇ ਮਾਸ਼ਾਅੱਲਾ ਇੱਕ ਐਸੀ ਜ਼ਰਈ ਜ਼ਮੀਨ ਲੱਭੀ ਏ ਜਿੰਦਾ ਕਿ ਮੇਰੇ ਹਰ ਦੋਸਤ ਨੂੰ ਇੰਤਜ਼ਾਰ ਸੀ ਤੇ ਦੋਸਤੋ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਇੱਕ ਐਸਾ ਰਕਬਾ ਮੈਂ ਲੈ ਕੇ ਆਇਆ ਆਪਣੇ ਦੋਸਤਾਂ ਵਾਸਤੇ ਕਿ ਸਹੂਲਤ ਬਹੁਤ ਜ਼ਿਆਦਾ ਲੋਕੇਸ਼ਨ ਇੰਦੀ ਬਹੁਤ ਹੀ ਬਿਹਤਰੀਨ ਤੇ ਇੰਤਖਾਈ ਸਸਤਾ ਦੋਸਤੋ ਇਹਦੇ ਵਿੱਚ ਆਪਣੀ 100% ਗਾਰੰਟੀ ਹੋਏਗੀ ਇਹ ਨਹੀਂ ਕਹਿਣਾ ਕਿ ਰਕਬਾ ਸਸਤਾ ਹੈ ਇਹਦੇ ਵਿੱਚ ਕੋਈ ਨਾ ਕੋਈ ਗੜਬੜ ਹੋਣੀ ਹੈ ਕੋਈ ਕਾਗਜ਼ਾਤ ਵਿੱਚ ਕੋਈ ਮਸਲਾ ਹੋਣਾ ਹੈ ਨਹੀਂ ਦੋਸਤੋ ਤੁਹਾਨੂੰ ਮੌਕੇ ਇਹਦੇ तमाम ਕਾਗਜ਼ਾਤ ਕਲੀਅਰ ਮਿਲਣਗੇ ਤੇ ਆਸ-ਪਾਸ ਕੋਈ ਲੜਾਈ ਝਗੜਾ ਕੋਈ ਫਸਾਦ ਵਾਲੀ ਗੱਲ ਨਹੀਂ ਹੋਵੇਗੀ ਤੁਸੀਂ ਮੇਰੀ ਇਹ ਆਵਾਜ਼ ਆਪਣੇ ਕੋਲ ਰਿਕਾਰਡ ਕਰਕੇ ਰੱਖ ਲਓ ਆਪਾਂ ਸਿਰਫ ਦੋਸਤਾਂ ਨੂੰ ਉਹ ਚੀਜ਼ ਦਿਖਾਉਣ ਦੇ ਹੁੰਦੇ ਆ ਜਿਹੜੀ ਬਿਲਕੁਲ ਕਲੀਅਰ ਹੋਵੇ ਉਹਦੇ ਵਿੱਚ ਕਿਸੇ ਕਿਸਮ ਦਾ ਕੋਈ ਮਸਲਾ ਨਾ ਹੋਵੇ ਆਸ-ਪਾਸ ਕੀਮਤ ਜ਼ਿਆਦਾ ਹੋਵੇ ਤੇ ਆਪਣੀ ਕੀਮਤ ਕਮ ਹੋਵੇ ਤੁਸੀਂ ਦੋਸਤੋ ਇਹਦੀ ਲੋਕੇਸ਼ਨ ਨੋਟ ਕਰ ਲਓ ਲੋਕੇਸ਼ਨ ਮੈਂ ਭਰਾਵਾਂ ਨੂੰ ਦੱਸਣ ਲੱਗਿਆਂ ਕਿਉਂਕਿ ਇਹਦੀ ਲੋਕੇਸ਼ਨ ਹੱਦ ਤੋਂ ਜ਼ਿਆਦਾ ਬਿਹਤਰੀਨ ਹੈ ਤੇ ਦੋਸਤੋ ਆਪਾ ਖੜੇ ਆਂ ਜਿਲ੍ਹਾ ਖਾਨੇਵਾਲ ਦੀ ਹਦੂਦ ਵਿੱਚ ਤਹਿਸੀਲ ਵੀ ਖਾਨੇਵਾਲ ਜ਼ਿਲ੍ਹਾ ਵੀ ਖਾਨੇਵਾਲ ਤੇ ਖਾਨੇਵਾਲ ਸ਼ਹਿਰ ਤੋਂ ਸਿਰਫ 12 ਕਿਲੋਮੀਟਰ ਸਫ਼ਰ ਤੇ ਇਹ ਆਪਣੇ ਕੋਲੇ ਮਾਸ਼ਾਅੱਲਾ 11 ਮਰਬੇ ਜ਼ਮੀਨ ਚੇ ਮਤਲਬ ਕਿ 275 ਏਕੜ 275 ਏਕੜ ਦੇ ਹਿਸਾਬ ਨਾਲ ਇਹ ਜ਼ਮੀਨ ਬਣਦੀ ਪਈ ਏ 11 ਮਰਬੇ ਤੁਸੀਂ ਦੋਸਤੋ ਆਪਣੀਆਂ ਦੋ ਗੱਲਾਂ ਨੋਟ ਕਰਨੀਆਂ ਨੇ ਨੰਬਰ 1 ਆਪਾਂ ਖੜੇ ਆ ਖਾਨੇਵਾਲ ਸ਼ਹਿਰ ਤੋਂ 12 ਕਿਲੋਮੀਟਰ ਸਫ਼ਰ ਤੇ ਤੇ ਨੰਬਰ 2 ਆਪਾਂ ਮੇਨ ਜੀਟੀ ਰੋਡ ਤੋਂ ਆਪਾਂ ਮੇਨ ਜੀਟੀ ਰੋਡ ਤੋਂ ਸਿਰਫ 1 ਕਿਲੋਮੀਟਰ ਕੇ ਜਿਆਦਾ ਨਹੀਂ ਸਿਰਫ 1 ਕਿਲੋਮੀਟਰ ਆਪਾਂ ਖੜੇ ਆ ਅੰਦਰ ਤੇ ਦੋਸਤੋ ਮਾਸ਼ੱਲਾ ਪੱਕੇ ਵੱਟ ਦੀ ਜ਼ਮੀਨ ਹੈ ਤੁਸੀਂ ਇੱਥੇ ਦੁਨੀਆ ਦੀ ਕੋਈ ਫਸਲ ਵੀ ਉਗਾ ਸਕਦੇ ਜੀ ਆਲੂ ਮੱਕਈ ਕਮਾਂਡ ਤਾਈ ਵਗੈਰਾ ਮਤਲਬ ਕਿ ਹਰ ਫਸਲ ਵਾਸਤੇ ਆਪਣੇ ਕੋਲ ਇੱਕ ਕਾਮਯਾਬ ਤੋਹਫਾ ਹੈ ਇੰਤਖਾਈ ਘੱਮ ਕੀਮਤ ਵਿੱਚ ਇਸ ਤੋਂ ਇਲਾਵਾ ਇਹਦੇ ਵਿੱਚ ਚਾਰ ਪਾਣੀ ਵਾਲੇ ਬੋਰ ਹੋਏ ਨੇ ਦੋ ਟਰਪੈਂ ਸਿਸਟਮ ਇੱਕ ਟਿਊਬਵੈਲ ਤੇ ਇੱਕ ਬੋਰ ਪੀਟਰ ਤੇ ਆਪਾਂ ਨੂੰ ਇਹਦੇ ਵਿੱਚ ਚਾਰ ਪਾਣੀ ਵਾਲੇ ਬੋਰ ਮਿਲਣਗੇ ਤੇ ਸਾਲ ਦਾ ਨਹਿਰੀ ਪਾਣੀ ਮਤਲਬ ਕਿ ਸਰਕਾਰੀ ਪਾਣੀ 22 ਮਿੰਟ ਫੀ ਏਕੜ ਦੇ ਹਿਸਾਬ ਨਾਲ ਤੁਸੀਂ ਦੋਸਤੋ ਇਹ ਗੱਲ ਨਹੀਂ ਕਰਨੀ ਹੈਗੀ ਕਿ ਜਿਹੜੇ ਕਿ ਪਾਣੀ ਵਾਲੇ ਚਾਰ ਬੋਰ ਨੇ ਟੂਬਲ ਨੇ ਟਰਪੈਨ ਨੇ ਪੀਟਰ ਹੈ ਜਾਂ ਫਿਰ ਨਹਿਰ ਹੈਗੀ ਇਹ ਸਾਨੂੰ ਇਸ ਮੂਵੀ ਦੇ ਅੰਦਰ ਨਹੀਂ ਦਿਖਾਇਆ ਹੈਗਾ ਦੋਸਤੋ ਮੁਕੰਮਲ ਰਕਬੇ ਦੀ ਹਰ ਇੱਕ ਚੀਜ਼ ਦੀ ਵੀਡੀਓ ਬਣਾਉਣਾ ਬਹੁਤ ਮੁਸ਼ਕਲ ਹੁੰਦੀ ਹੈ لہذا ਸਿਰਫ ਪਰਮਾਨ ਨੇ ਆਪਣੀ ਗੱਲ ਵੱਲ ਗੌਰ ਕਰਨੀ ਦੋ ਗੱਲਾਂ ਆਪਣੀਆਂ لازਮੀ ਨੋਟ ਕਰ ਲਓ ਕਿ ਖਾਨੇ ਵਾਲ ਸ਼ਹਿਰ ਤੋਂ 12 ਕਿਲੋਮੀਟਰ ਤੇ ਮੈਨ ਜੀਟੀ ਰੋਡ ਤੋਂ ਸਿਰਫ 1 ਕਿਲੋਮੀਟਰ ਸਫ਼ਰ ਤੇ ਇਹ ਕਾਰਪਟ ਰੋਡ ਇਸੇ ਕਾਰਪਟ ਰੋਡ ਤੇ ਮਾਸ਼ਾਅੱਲਾ ਦੋਵਾਂ ਸੜਾਂ ਤੇ ਆਪਣੀ ਜ਼ਮੀਨ ਹੈ ਤੇ ਬਹੁਤ ਵੱਡਾ ਆਪਣਾ ਇੱਥੇ ਫਰੰਟ ਹੈ ਕਿ ਜ਼ਾਹਰ ਕਿ 11 ਮਰਬੇ ਜ਼ਮੀਨ ਹੈ ਫਰੰਟ ਮਾਸ਼ਾਅੱਲਾ ਕਾਫੀ ਜ਼ਿਆਦਾ ਹੀ ਹੋਣਾ ਹੈ ਦੋਸਤੋ ਮੁਕੰਮਲ ਲੋਕੇਸ਼ਨ ਆਪਾਂ ਨਹੀਂ ਦਿੰਦੇ ਹੁੰਦੇ ਬਤੌਰ ਸਕਿਉਰਟੀ ਕਿ ਜੀਟੀ ਰੋਡ ਦਾ ਨਾਂ ਕੀ ਹੈ ਤੇ ਆਪਾਂ ਜੀਟੀ ਰੋਡ ਦੇ ਕਿਹੜੀ ਤਰਫੋਂ ਮਿਲਣਾ ਹੈ ਇੰਦੀ ਖਤਰ ਤੋਂ ਉਹਨੂੰ ਮੌਕੇ ਤੇ ਆਣਾ ਪੈਣਾ ਹੈ ਜਾਂ ਫੇ ਸਾਨੂੰ ਕਾਲ ਕਰਨੀ ਪੈਣੀ ਹੈ ਸਾਡੇ ਨਾਲ رابطہ ਕਰਨਾ ਪੈਣਾ ਹੈ ਤੇ ਹੁਣ ਆਪਾਂ ਗੱਲ ਕਰਾਂਗੇ ਇਹ ਜ਼ਮੀਨ ਦੀ ਡਿਮਾਂਡ ਦੇ ਬਾਰੇ ਚ ਤੇ ਇੰਦੇ ਠੇਕੇ ਦੇ ਬਾਰੇ ਚ ਤੇ ਦੋਸਤੋ ਇਹ ਜ਼ਮੀਨ ਦੀ ਡਿਮਾਂਡ ਕੀਤੀ ਹੈ ਮਾਲਕ ਨੇ فی ਏਕਰ ਦੇ ਹਿਸਾਬ ਨਾਲ ਸਿਰਫ 21 ਲੱਖ ਰੁਪਇਆ ਦੋਸਤੋ 21 ਲੱਖ ਰੁਪਇਆ ਇੰਦੀ ਡਿਮਾਂਡ ਹੈ ਕਮੀ ਪੇਸ਼ੀ ਪਿਆਰ ਮੁਹੱਬਤ ਹੋ ਜਾਏਗਾ ਡਿਮਾਂਡ ਵੀ ਵੇਖ ਲਓ ਲੋਕੇਸ਼ਨ ਵੀ ਵੇਖ ਲਵੋ ਤੇ ਸਹੂਲਤ ਵੀ ਚੈੱਕ ਕਰ ਲਓ ਦੋਸਤੋ 21 ਲੱਖ ਰੁਪਏ ਡਿਮਾਂਡ ਹੈ ਤੇ 80000 ਰੁਪਏ ਇੱਥੇ ਸਾਲ ਦਾ ਠੇਕਾ ਚੱਲਦਾ ਪਿਆ ਹੈ ਫੀ ਏਕੜ ਦੇ ਹਿਸਾਬ ਨਾਲ ਆਪਣੇ ਕਾਲ ਐਂਡ ਵਟਸਐਪ ਨੰਬਰ ਦੋਸਤਾਂ ਨੂੰ ਸਾਹਮਣੇ ਸਕਰੀਨ ਤੇ ਮਿਲ ਗਏ ਹੋਣਗੇ ਇਹ ਨੰਬਰ ਉੱਪਰ ਵਾਲਾ ਭਾਈ ਸ਼ਫਕਤ ਸਾਹਿਬ ਦਾ ਤੁਸੀਂ ਇਸ ਨੰਬਰ ਤੇ ਕਾਲ ਵੀ ਕਰ ਸਕਦੇ ਜੀ ਵਟਸਐਪ ਤੇ ਮੈਸੇਜ ਵੀ ਕਰ ਸਕਦੇ ਜੀ ਇਹ ਨੰਬਰ ਨੀਚੇ ਆ ਰਿਹਾ ਇਹ ਮੇਰਾ ਹੈਗਾ ਜੀ ਤੁਸੀਂ ਇਸ ਤੇ ਸਿਰਫ WhatsApp ਤੇ ਮੈਸੇਜ ਕਰ ਸਕਦੇ ਜੀ ਚੈਟ ਕਰ ਸਕਦੇ ਜੀ ਕਿਉਂਕਿ ਪਰਸਨਲ ਮਸਰੂਫiyat ਦੇ ਦੌਰਾਨ ਨੰਬਰ ਬੰਦ ਦੇ ਲੇਕਿਨ WhatsApp ਭਰਾਵਾਂ ਨੂੰ 24 ਘੰਟੇ ਔਨ ਮਿਲੇਗੀ ਤੁਸੀਂ ਕਿਸੇ ਵੀ ਟਾਈਮ ਮੈਸੇਜ ਕਰ ਸਕਦੇ ਜੀ ਤੇ ਇਹ ਦੋਸਤਾਂ ਨੂੰ ਪਤਾ ਹੈ ਕਿ ਆਪਣਾ ਆਫਿਸ ਹੈ ਆਪਣਾ ਦਫਤਰ ਹੈ ਹਰਫ ਵਾਲਾ ਸ਼ਹਿਰ ਤੇ ਦੋਸਤੋ ਇਨਸ਼ਾਅੱਲਾ ਤਾਲਾ ਬਖਸ਼ਰ ਤੇ ਜ਼ਿੰਦਗੀ ਬਖਸ਼ਲੇ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾ ਹਾਫਿਜ਼